ਜਦੋਂ ਇੱਥੇ ਫਲੱਡ ਆਇਆ ਨਾ ਜੀ, ਉਸ ਵੇਲੇ ਗੁਰਦੁਆਰਾ ਸਾਹਿਬ ਦੇ ਸਾਰੇ ਸਾਈਡਾਂ ਤੋਂ ਪਾਣੀ ਨਲ ਘਿਰ ਗਿਆ ਸੀਗਾ ਜੀ, ਅਤੇ ਜ਼ਮੀਨ ਮਤਲਬ ਕਾਫ਼ੀ ਕਰੀਬ ਤਿੰਨ ਚਾਰ ਚਾਰ ਫੁੱਟ ਤੋਂ ਜ਼ਿਆਦਾ ਪਾਣੀ ਸੀ ਇੱਥੇ, ਜਿਹਦੀ ਵਜ੍ਹਾ ਨਾਲ ਅੰਦਰ ਸਾਰੀ ਜਿਹੜੀ ਮਿੱਟੀ ਹੈ ਫਰਸ਼ ਦੇ ਥੱਲੇ ਉਹ ਬੈਠ ਗਈ, ਉਹਦੇ ਨਾਲ ਸਾਰਾ ਫਰਸ਼ ਵੀ ਟੁੱਟ ਗਿਆ, ਅਤੇ ਇੱਧਰ ਸਾਹਮਣੇ ਕੁਛ ਕਮਰੇ ਬਣੇ ਹੋਏ ਸੀ, ਇੱਧਰਲੇ ਪਾਸੇ ਵੀ ਨੁਕਸਾਨਿਆ ਗਿਆ ਸੀਗਾ ਜੀ, ਅਤੇ ਫਿਰ ਇੱਥੋਂ ਰਿਕੁਐਸਟ ਪਿੰਡ ਵੱਲੋਂ ਆਈ ਸੀ ਵੀ ਗੁਰਦੁਆਰਾ ਸਾਹਿਬ ਦਾ ਸਾਡਾ ਨੁਕਸਾਨ ਹੋਇਆ, ਉਹਦੇ ਫਰਸ਼ ਵਗੈਰਾ ਦਾ ਵੀ ਕਰਕੇ ਦਿਓ, ਅਤੇ ਉਹਦੇ ਨਾਲ ਇਹ ਕਮਰਿਆਂ ਦਾ ਵੀ ਸਾਰੀ ਸਾਨੂੰ ਕਰਕੇ ਦਿਓ। ਇੱਕ ਇਹ ਜਗ੍ਹਾ ਤਿਆਰ ਕਰ ਰਹੇ ਹਾਂ, ਇਹ ਕਮਰੇ ਤਿਆਰ ਹੋ ਜਾਣਗੇ, ਫਿਰ ਇਹ ਗੁਰਦੁਆਰਾ ਸਾਹਿਬ ਦਾ ਫਰਸ਼ ਦਾ ਦੁਬਾਰਾ ਰਿਪੇਅਰ ਕਰਾਂਗੇ। ਹਾਂਜੀ, ਅਸੀਂ ਤਾਂ ਖਾਲਸਾ ਗੇਟ ਵੱਲੋਂ ਹੁਣ ਉੱਥੋਂ ਆਏ ਸੀ ਕਰਕੇ ਦੇਖਣ ਵਾਸਤੇ, ਦੇਖੀਏ ਜਾ ਕੇ ਨਾਲੇ ਸਾਰਿਆਂ ਨੂੰ ਮਿਲ ਗਈ, ਮਿਲ ਕੇ ਥੋੜ੍ਹਾ ਜਿਹਾ ਹੋਰ ਸਾਰਿਆਂ ਨੂੰ ਹੌਸਲਾ ਵੀ ਮਿਲਦਾ ਵੀ ਸਾਡੇ ਨਾਲ ਹੈਗੇ ਆਪਾਂ ਖੜ੍ਹੇ ਹਾਂ, ਚਲੋ ਜਿੰਨੀ ਹੋ ਸਕਦਾ ਆਪਾਂ ਜ਼ਰੂਰ ਸਹਾਇਤਾ ਕਰਾਂਗੇ। ਫਿਰ ਬਾਕੀ ਇਹ ਵੀ ਉਨੀ ਤਾਂ ਬਹੁਤ ਜ਼ਿਆਦਾ ਕੀਤੀ ਨਾ, ਡਾਈ ਡੂਈ ਸਭ ਸਾਡੇ ਟਰੈਕਟਰ ਤੇਲ ਤੂਲ ਤੱਕ ਕਈ ਮੱਕੀ ਮੁੱਕੀ ਦੇ ਬੀਜ ਦਿੱਤੇ ਆ ਬਹੁਤ, ਹੈ ਨਾ। ਅੱਛਾ ਜੀ, ਹਾਂਜੀ ਹਾਂਜੀ, ਖਾਲਸਾ ਗੇਟ ਵੱਲੋਂ ਮੱਕੀ ਦਾ ਬੀਜ ਬਹੁਤ ਵੰਡਿਆ। ਹਾਂਜੀ ਹਾਂਜੀ, ਹੋਰ ਤੇਲ ਵੀ ਦਿੱਤਾ ਜੀ ਇਹਨਾਂ ਦੇ ਕੋਲ, ਨਹੀਂ ਉਹਨਾਂ ਨੂੰ ਤੇਲ ਦਿੱਤਾ ਉਹਨਾਂ ਨੂੰ ਦਿੱਤੇ, ਤੁਹਾਨੂੰ ਕਾਫੀ ਉਹਦੇ ਨਾਲ ਫਾਇਦਾ ਹੋਇਆ। ਬਹੁਤ ਫਾਇਦਾ ਜੀ, ਬਹੁਤ ਜਿਹੜੀ ਉਹਨੂੰ ਤਾਂ 100 ਰੁਪਈਆ ਮਿਲ ਜੇ ਜਦੋਂ ਜੇਬ 'ਚ ਨਾ ਨਾ ਹੋਵੇ, ਉਹਦੇ ਨਾਲ ਆਸਰਾ ਹੋ ਜਾਂਦਾ, ਬਹੁਤ ਕੀਤਾ ਉਹਨੇ ਡੁੱਬਦੇ ਨੂੰ ਤਿੰਨ ਕੇ ਦਾ ਸਹਾਰਾ ਕਹਿ ਲਓ, ਬਣਨੇ ਨਹੀਂ ਕਮਰੇ ਸਾਰੀ ਜ਼ਿੰਦਗੀ ਜੇ ਬਹੁਤ, ਕਿਉਂ ਗਰਾਈ ਗਰੂਈ ਨਹੀਂ ਹੁੰਦੀ ਇੱਥੇ, ਕੁਛ ਤਾਂ ਜ਼ਿਆਦਾ ਰਾਸ ਹੈ ਖੁਦ, ਗਰਾਈ ਘੱਟ ਬਹੁਤ ਘੱਟ ਦਿੰਦੇ, ਸਾਡੇ 20-25-30 ਘਰ ਆ ਆਪਣੇ, 2 ਸਾਲ ਤੇ ਹੋ ਗਏ ਹੋਈ, ਫਸਲਾਂ ਨੁਕਸਾਨ ਹੀ ਜਾਂਦੀਆਂ, ਹੋਈ ਨਹੀਂ ਫਿਰ ਕਰਾਈ, 2 ਫਸਲਾਂ ਤੇ ਹੋਈ ਨਹੀਂ, ਜੋ ਫਸਲ ਹੀ ਨਹੀਂ ਹੋਇਆ ਐਤਕੀ, ਕਣਕ ਵੀ ਬਹੁਤ ਘੱਟ ਹੋਈ, ਕਿਉਂ ਆਮਦਨ ਦਾ ਸਾਧਨ ਹੀ ਹੈ, ਹਾਂਜੀ ਇਹੋ ਹੀ ਖੇਤੀ ਦੇ ਹੋਈ ਹੋ।